ਸੋ ਹੈਲੋ ਗਾਇਸ ਵੈਲਕਮ ਬੈਕ ਟੂ ਦਾ ਵਲੌਗ ਅਤੇ ਅੱਜ ਦਾ ਵਲੌਗ ਸਾਡਾ ਸਪੈਸ਼ਲ ਹੋ ਰਿਹਾ ਕਿਉਂਕਿ ਆਪਾਂ ਜਾ ਰਹੇ ਹਾਂ ਸਿਲਵਰ ਲੇਕ ਸਪੈਸ਼ਲ ਸਿਲਵਰ ਲੇਕ ਐਲਬਰਟਾ ਜੋ ਕਿ ਹੈ ਰੈੱਡ ਡੀਅਰ ਵਿੱਚ ਅਤੇ ਅੱਜ ਦਾ ਵਲੌਗ ਹੋਊਗਾ ਤੁਹਾਡਾ ਪੂਰਾ ਐਕਸਪਲੋਰਿੰਗ ਵਲੌਗ ਕਿਉਂਕਿ ਸਾਡੇ ਲਈ ਖੁਦ ਲਈ ਜਗ੍ਹਾ ਨਵੀਂ ਆ ਅਤੇ ਅੱਜ ਆਪਾਂ ਚੱਲੇ ਐਕਸਪਲੋਰ ਕਰਨ ਅਤੇ ਇੱਕ ਸਾਹਿਬ ਦੀ ਰੋਡ ਟ੍ਰਿਪ ਹੋਊਗੀ ਅਤੇ ਵਾਹ ਕਿਆ ਟਾਈਮਿੰਗ ਆ ਧੁੱਪ ਵੀ ਨਿਕਲ ਗਈ ਆ ਅਤੇ ਉੱਥੇ ਜਿੱਦਾਂ ਪ੍ਰੋਪਰ ਲੇਕ ਆ ਅਤੇ ਆਸੇ ਪਾਸੇ ਅਮਿਊਜ਼ਮੈਂਟ ਪਾਰਕ ਜਿਵੇਂ ਨਿੱਕਾ ਜਿਹਾ ਜਿੰਨਾ ਕੁ ਆਪਾਂ ਨੈੱਟ 'ਤੇ ਲੱਭਿਆ ਵਾ ਅਤੇ ਦੇਖਦੇ ਜਾ ਕੇ ਕੀ ਸੀਨ ਆ ਅਤੇ ਆਪਾਂ ਫੁੱਲ ਤਿਆਰ ਸ਼ਿਆਰ ਹੋ ਗਏ ਹਾਂ ਅਤੇ ਪਿੱਛੇ ਆ ਰਹੀ ਆ ਆਪਣੀ ਗਾਡੀ ਅਤੇ ਬਸ ਆਪਾਂ ਨਿਕਲਣ ਲੱਗੇ ਹਾਂ ਅਤੇ ਅੱਜ ਤੁਹਾਨੂੰ ਦੇਖੋਗੇ ਸੋਹਣੇ ਸੋਹਣੇ ਸਿਨੇਮੈਟਿਕ ਸ਼ਾਟਸ ਅਤੇ ਨਾਲ ਨਾਲ ਥੋੜ੍ਹੀ ਜਿਹੀ ਇਨਫੋਰਮੇਸ਼ਨ ਅਤੇ ਨਾਲ ਨਾਲ ਬਹੁਤ ਸਾਰਾ ਫਨ ਸੋ ਸਟੇ ਟਿਊਨ ਗਾਇਸ ਅਤੇ ਹੁਣ ਆਪਾਂ ਬਸ ਨਿਕਲ ਰਿਹਾ ਘਰ ਤੋਂ 5 ਮਿੰਟ ਦੇ ਵਿੱਚ ਸਾਰੇ ਆ ਰਿਹਾ ਬਸ ਬਾਹਰ ਅਤੇ ਫਿਰ ਆਪਾਂ ਚੱਲਦੇ ਹਾਂ ਸਿਲਵਰ ਲੇਕ ਅਤੇ ਤੁਹਾਨੂੰ ਆਪਾਂ ਰਾਹ 'ਚ ਵੀ ਸਿਨੇਮੈਟਿਕ ਦਿਖਾਉਂਦੇ ਹਾਂ ਸੋ ਲੈਟਸ ਗੋ ਗਾਇਸ ਗਾਈਸ ਆਪਾਂ ਫਾਈਨਲੀ ਪਹੁੰਚ ਚੁੱਕੇ ਹਾਂ ਸਿਲਵਰ ਲੇਕ ਅਤੇ ਇੱਥੇ ਕਾਫੀ ਠੰਡ ਆ ਟੈਂਪਰੇਚਰ ਗਿਆ ਹੋਇਆ ਇੱਥੇ 8 ਡਿਗਰੀ ਤੱਕ 8-9 ਡਿਗਰੀ ਅਤੇ ਫਿਲਹਾਲ ਕਾਫੀ ਠੰਡ ਲੱਗ ਰਹੀ ਆ ਇੰਡੀਆ ਤਾਂ ਇੰਨੀ ਠੰਡ ਕਦੀ ਐਕਸਪੀਰੀਅੰਸ ਨਹੀਂ ਕੀਤੀ ਸੀ ਪਰ ਆਪਾਂ ਥੋੜ੍ਹੇ ਜਿਹੇ ਵੈਦਰ ਕਰਕੇ ਸਿਲਵਰ ਲੇਕ ਥੋੜ੍ਹੀ ਡੈਡ ਜਿਹੀ ਹੋਈ ਪਈ ਆ ਕਿਉਂਕਿ ਕਾਫੀ ਜਿਹੜਾ ਹੁੰਦਾ ਮਤਲਬ ਮੇਨ ਟਾਈਮ ਉਹ ਦੁਪਹਿਰ ਦਾ ਹੁੰਦਾ ਵਾ ਸਾਰੇ ਦੁਪਹਿਰ ਤੱਕ ਇੰਜੋਏ ਕਰਕੇ ਚੱਲ ਜਾਂਦੇ ਆ ਅਤੇ ਆਪਾਂ ਥੋੜ੍ਹਾ ਟਾਈਮ ਵੀ ਲੇਟ ਕਹੋਗੇ ਅਤੇ ਵੈਦਰ ਵੀ ਥੋੜ੍ਹਾ ਹੋ ਗਿਆ ਖਰਾਬ ਤਾਂ ਕਰਕੇ ਹੁਣ ਆਪਾਂ ਇੱਥੇ ਇਕੱਲੇ ਇਕੱਲੇ ਜਿਹੇ ਹੈਗੇ ਆ ਅਤੇ ਬਾਕੀ ਕੋਈ ਨਹੀਂ ਇੱਕ ਸਾਲ ਦੀ ਆਪਾਂ ਗੇੜੀ ਮਾਰਨੀ ਸੀ ਸਿਲਵਰ ਲੇਕ ਤੱਕ ਅਤੇ ਅੱਜ ਆਪਾਂ ਦੇਖ ਲਏ ਸਿਲਵਰ ਲੇਕ ਨਾਲੇ ਤੁਹਾਨੂੰ ਵੀ ਦਿਖਾਉਂਦੇ ਹਾਂ ਵਧੀਆ ਵਧੀਆ ਸ਼ਾਰਟਸ ਅਤੇ ਇੰਜੋਏ ਕਰੋ ਬਸ ਸੋ ਗਾਇਸ ਜਿਹੜੇ ਵੀ ਇੱਥੇ ਸਿਲਵਰ ਲੇਕ ਰਹਿੰਦੇ ਆ ਉਹਨਾਂ ਦੀ ਪਰਸਨਲ ਬੋਟ ਹੈਗੀ ਆ ਵਾ ਇੱਥੋਂ ਬੋਟ ਚੱਕ ਕੇ ਮਾਰਦੇ ਆ ਸਿੱਧਾ ਉੱਧਰ ਅਤੇ ਫਿਰ ਨਿਕਲ ਜਾਂਦੇ ਆ ਬੋਟਿੰਗ 'ਤੇ ਅਤੇ ਸਾਹਮਣੇ ਲਾਈਟ ਹਾਊਸ ਵੀ ਹੈਗਾ ਵਾ ਜਿਹੜਾ ਕਾਫੀ ਮੂਵੀ 'ਚ ਹੋਰਰ ਹੁੰਦਾ ਵਾ ਇਹਦੇ ਅੰਦਰ ਚਲੀ ਨਹੀਂ ਜਾ ਸਕਦਾ ਓਹੋ ਚਲੋ ਕੋਈ ਨਹੀਂ ਅਤੇ ਦੇਖੋ ਬੋਟਾਂ ਕਿੰਨੀਆਂ ਵਾ ਇੱਥੇ ਫਿਰ ਕੀ ਕਹਿੰਦੇ ਲੱਗਦਾ ਅਮੀਰ ਲੋਕ ਹੀ ਰਹਿੰਦੇ ਆ ਇਹਦੀਆਂ ਇਹਦੀਆਂ ਬੋਟਾਂ ਰੱਖੀਆਂ ਸਾਰਿਆਂ ਨੇ ਅਤੇ ਠੰਡ ਕਾਫੀ ਜ਼ਿਆਦਾ ਹੋ ਚੁੱਕੀ ਆ ਅਤੇ ਨੱਕ ਸ਼ਹਿਰ ਬੰਦ ਹੋ ਰਿਹਾ ਸਾਡਾ ਸੋ ਗਾਈਸ ਆ ਸਾਰੀ ਪਾਸੇ ਸਿਲਵਰ ਲੇਕ ਪਾਣੀ ਹੈਗਾ ਵਾ ਅਤੇ ਆਹ ਦੇਖੋ ਆ ਗੇਟ ਆ ਜਿੱਥੋਂ ਆ ਬੋਟਾਂ ਐਂਟਰ ਹੁੰਦੀਆਂ ਵਾ ਆਹ ਬੋਟਾਂ ਦੀ ਪਾਰਕਿੰਗ ਆ ਅਤੇ ਪਿੱਛੇ ਸਾਰੇ ਘਰ ਆ ਕਾਫੀ ਵਧੀਆ ਜਗ੍ਹਾ ਵਾ ਸੋਹਣੀ ਜਗ੍ਹਾ ਵਾ ਜੇ ਤੁਸੀਂ ਕੀ ਕਹਿੰਦੇ ਫੈਮਿਲੀ ਨਾਲ ਵੀ ਆਉਣਾ ਹੋਏ ਜਾਂ ਉੱਦਾਂ ਵੀ ਤੁਸੀਂ ਮੰਨ ਲਓ ਟਾਈਮ ਪਾਸ ਨੂੰ ਆਉਣਾ ਹੋਏ ਜਾਂ ਕਿਤੇ ਵੀ ਘੁੰਮਣ ਨੂੰ ਬਹੁਤ ਵਧੀਆ ਜਗ੍ਹਾ ਵਾ ਅਤੇ ਰੈਕਮੈਂਡ ਮੈਂ ਜ਼ਰੂਰ ਕਰੂੰਗਾ ਤੁਸੀਂ ਵੀ ਜ਼ਰੂਰ ਆਇਓ ਇੱਥੇ ਬਸ ਟਾਈਮ ਸਿਰ ਆਇਓ ਅਤੇ ਵੈਦਰ ਜ਼ਰੂਰ ਚੈੱਕ ਕਰ ਲਿਓ ਆਪਣਾ ਅਤੇ ਵੈਦਰ ਬਸ ਵਧੀਆ ਹੋਏ ਅਤੇ ਥੋੜ੍ਹਾ ਜਿਹਾ ਵੀਕਐਂਡ ਦਾ ਨਾਂ ਵੀ ਆਊਗਾ ਤੁਹਾਨੂੰ ਰਸ਼ ਮਿਲਣਾ ਹੀ ਮਿਲਣਾ ਬਸ ਵੈਦਰ ਸੋ ਗਾਈਸ ਦੇਖੋ ਸਾਨੂੰ ਕਨੇਡਾ ਆ ਕੇ ਵੀ ਡੋਰ ਲੱਭ ਰਹੀ ਇੱਥੇ ਆਪਾਂ ਕਾਈਟ ਲੁੱਟ ਲਿਆ ਵਾ ਬਸ ਅੜ ਗਿਆ ਕਾਈਟ ਜੇ ਤਾਂ ਨਿਕਲ ਆਉਂਦਾ ਤਾਂ ਤੁਹਾਨੂੰ ਉਡਾ ਕੇ ਵੀ ਦਿਖਾਉਣਾ ਸੀਗਾ ਦੇਖ ਲਓ ਕਨੇਡਾ ਤੱਕ ਆਪਾਂ ਕਾਈਟ ਲੈ ਆਏ ਹਾਂ ਅਤੇ ਫਿਲਹਾਲ ਤਾਂ ਅੜ ਗਿਆ ਖਿੱਚਦਾ ਇੱਕ ਵਾਰੀ ਖਿੱਚ ਦਿੰਦੇ ਹਾਂ ਜੇ ਆ ਗਿਆ ਤਾਂ ਆ ਗਿਆ ਉਹ ਤੇਰੀ ਡੋਰ ਹੈ ਇੱਥੇ ਵੀ ਪਲਾਸਟਿਕ ਦੀ ਹੈ ਚਾਈਨੀਜ਼ ਡੋਰ ਆ ਚਲੋ ਕੋਈ ਨਹੀਂ ਚੱਲਦੇ ਆ ਘਰਾਂ ਨੂੰ ਕਾਈਟ ਬਾਏ ਬਾਏ ਸੋ ਗਾਈਸ ਆਪਾਂ ਚੱਲੇ ਆ ਹੁਣ ਵਾਪਸੀ ਨੂੰ ਆਪਾਂ ਅੱਧਾ ਘੰਟਾ ਇੱਥੇ ਰੁਕੇ ਅਤੇ ਤੁਹਾਨੂੰ ਕੀ ਕਹਿੰਦੇ ਰੈਕਮੈਂਡਡ ਆ ਕਿ ਤੁਸੀਂ ਹਮੇਸ਼ਾ ਵੈਦਰ ਚੈੱਕ ਕਰਕੇ ਆਇਓ ਕਿਉਂਕਿ ਨਹੀਂ ਤੁਹਾਨੂੰ ਇੱਦਾਂ ਸੋਹਣਾ ਮਿਲਣਾ ਵਾ ਜਗ੍ਹਾ ਬਹੁਤ ਸੋਹਣੀ ਲੱਗੀ ਉੱਦਾਂ ਅਤੇ ਰੈਕਮੈਂਡ ਜ਼ਰੂਰ ਕਰੂੰਗਾ ਆਇਓ ਬਸ ਸਨੀ ਵੈਦਰ 'ਚ ਆਇਓ ਅਤੇ ਉੱਦਾਂ ਜਗ੍ਹਾ ਸੋਹਣੀ ਆ ਫੋਟੋ ਖਿੱਚਣ ਨੂੰ ਆਓ ਬੰਦਾ ਆਰਾਮ ਨਾਲ ਇੰਜੋਏ ਕਰਨਾ ਉਹ ਤਾਂ ਵਧੀਆ ਜਗ੍ਹਾ ਵਾ ਅਤੇ ਫਿਲਹਾਲ ਆਪਾਂ ਚੱਲੇ ਹਾਂ ਕਿਤੇ ਇੱਥੇ ਰੈਡੀ ਆ ਟਾਊਨ ਹੈਗਾ ਮੇ ਬੀ ਆਪਾਂ ਉੱਥੇ ਜਾਊਂਗੇ ਤੁਹਾਨੂੰ ਉੱਥੇ ਦੇ ਵੀ ਆਪਾਂ ਸ਼ਾਰਟਸ ਦਿਖਾਉਂਦੇ ਹਾਂ ਸੋ ਲੈਟਸ ਗੋ ਗਾਈਸ
ਸੋ ਵਾਟਸ ਅਪ ਗਾਇਸ ਵੈਲਕਮ ਬੈਕ ਟੂ ਦਾ ਵਲੌਗ ਆ ਸਾਡੇ ਦੋਵਾਂ ਦਾ ਹੈਗਾ ਪਹਿਲਾ ਦਿਨ ਤਾਂ ਬੋਲ ਦਾ ਹੈਨਾ ਵੀ ਮੇਰਾ ਵੀ ਇੱਥੇ ਚੱਲਦਾ ਮੈਂ ਰੋਜ਼ਾਨਾ ਮੇਰਾ ਪਹਿਲਾ ਦਿਨ ਨਾ ਤੇ ਪਹਿਲੇ ਦਿਨ ਹੀ ਆਂਦਾ ਦੇਖੋ ਕੀ ਪਹਿਲੇ ਦਿਨ ਹੀ ਆ ਕੇ ਕਾਫੀ ਡੇਟ ਪਲਾਨ ਕੀਤੀ ਹੋਈ ਆ ਦੇਖੋ ਦੋ ਦੋ ਚੇਅਰਾਂ ਨਾਲ ਗੁਬਾਰੇ ਲਾਏ ਹੋਏ ਆ ਕੀ ਕਾਫੀ ਲਈ ਹੋਰ ਕਾ ਲੈ ਅੱਲਾ ਪੀ ਦੂੰ ਇੱਥੇ ਚੱਲ ਗੁੱਟਵਾ ਪਰ ਕੁੜੀ ਨਾਲ ਲੱਭਦੇ ਕੋਈ ਭਰਾ ਨਹੀਂ ਨਾਲ ਮਫਿਨ ਵੀ ਆ ਗਿਆ ਤੇ ਪ੍ਰੋਪਰ ਡੇਟ ਪਲਾਨਡ ਆ बन रही है स्वाद केड़ी होंदी है लोगों ने तो ना ही नहीं पता होने टट्टी कहता शर्म ही नहीं आती तू केड़ी कीती आ मिल चुके कॉफी विद मफिन चल रही फोटो छीन जान दे ਜਾਣ ਦੇ ਅਸ਼ਾ 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 ਬੱਤੇ ਦੇ ਓਕੇ ਸੋ ਗਾਇਸ ਇੱਥੇ ਆ ਕੇ ਤੁਹਾਨੂੰ ਮਿਲ ਗਿਆ ਦੁਬਾਰੇ ਉਡਾ ਦੀਏ ਖੜ ਜਾ ਸਾਲੇ ਛੱਡ ਮੇਰਾ ਗੁਬਾਰੇ ਉਹ ਮੇਰਾ ਵਾਏ ਆ ਗਈ ਹਾਂ ਓਏ ਆ ਵੀ ਆ ਗਈ ਚੱਲ ਸੋ ਗਾਇਸ ਸਾਨੂੰ ਮਿਲ ਚੁੱਕੇ ਆ ਗੁਬਾਰੇ ਕਿੰਨੇ ਓਏ ਆ ਵੀ ਲਾਈ ਓਏ ਖਿੱਚੀ ਆ ਬੋਰੀ ਖਿੱਚ ਦੇ ਤੋੜ ਦੇ ਨਾ 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 ਰਹਿਣ ਦੇ ਨਹੀਂ ਛੱਡ ਦੇ भार बनया होली वाला की करन की रहा तू सो गुड मॉर्निंग गाइस क्विक अपडेट ढड्डा भरा उठ चुका वा अज सवेरे सवेरे सूरज चढ़न तो पहले ही हिसाब ला लो तुसीं पूरा नेरा पिया होया वा ते आप अज सवेरे सवेरे उठ गए ते चले आ काम नू ते ठंड एडी कितने ज़्यादा हो गई है ते धुंदा पै गई ने तुहानू मैं व्यू दिखाना एक रात दा इत्थों दा देखियो गाइस देखो सुनसान सुनसान सड़का ते ढड्डा भरा चलिया जा रहा सोनी सोनी सड़का ते लिटरली एक गड्डी नहीं खड़ी इत्थे नहीं तो पूरी पार्किंग भरी हुंदी आ ते साडा सामने बैंक आ गया ते फुल नेरा पिया आ वा ते धुंद एडी कितने ज़्यादा पई आ ना ते ठंड भी एडी ज्यादा लग रही है एकदम ही ठंड पई है गाइस पता नहीं की सोच होगा मैं तो धुंद ही बुरा हाल हो गया वा एडी मोटी होडी पई है तभी ठंड लग रही है लगता वार्मर वूर्मर कड़ने पैने टाइम आ गया वा गाइस वो तो बोले भी नहीं जा रहा है ना गला जहा सूख गया वा पानी पी के भी नहीं आया जाके पहला पानी पियांगे ओ तेरी इन्होंने तो रोड पाट दी है गाइस आ कि रातों रात पहाड़ खड़े करते मैं क्रॉस कि करनी उधर है चलो माड़ी जगह इतने होंगे ज्यादातर कंस्ट्रक्शन वर्क जो होंगे वा मेन रोड का रात नहीं चलता वा तो छोटी मोटी सड़क दिन ही चल जाता पर मेन कंस्ट्रक्शन रात नहीं चलता होंगे ओए होए एड्डी धुंद भाई इतने एड्डी वड्डी ना सामने इतने पूरा स्कूल आ भी नहीं दिखन दिया लिटर या बर्ड लिखा ना पूरा स्कूल औखा ही जे सी बी की खुद खुदाई देखने इतने लोग नहीं आते ओ शिट मैं क्रॉस कितना करने में तो शू कहते हैं उस्ताद जी व्हाट द फक ओहो गाइस सवेरे सवेरे दी वाइब भी वखरी आ रही मतलब डिफरेंट ही वाइब आ अजीब जहा लग रहा मैनू पता नहीं क्यों या तो एटमोसफेयर इधर वा पता नहीं इन्नी सुनसान
ਸੁਨਸਾਨ ਤਾਂ ਨਹੀਂ ਚਲੋ ਗੱਡੀਆਂ ਤਾਂ ਹੈਗੀਆਂ ਰੈੱਡ ਲਾਈਟ 'ਤੇ ਪਰ ਇੰਨਾ ਨੋਰਮਲੀ ਹੁੰਦਾ ਨਹੀਂ ਆ ਸੁਨਸਾਨ ਕਿਉਂਕਿ ਆ ਸਾਰੀਆਂ ਰੋਡ ਦੇ ਪਿੱਛੇ ਦੇ ਪਿੱਛੇ ਗੱਡੀ ਆਉਂਦੀ ਹੁੰਦੀ ਆ ਬੜਾ ਅਜੀਬ ਜਿਹਾ ਲੱਗਦਾ ਅਜੀਬ ਫੀਲਿੰਗ ਆ ਰਹੀ ਪਤਾ ਨਹੀਂ ਕਿਉਂ ਆ ਫੀਲਿੰਗ ਕੀ ਆ ਉਹਨ ਆ ਨਹੀਂ ਪਤਾ ਮੈਨੂੰ ਪਰ ਆ ਰਹੀ ਹੈ ਅਜੀਬ ਜੀ ਮੇਰੇ ਪਿੱਛੇ ਭੂਤ ਪਾਤਾ ਨਹੀਂ ਹੋ ਬਈ ਨਹੀਂ ਚਿਲ ਵਾਈਫ ਆਹੋ ਮੈਂ ਚਿਲ ਵਾਈਫ ਵੀ ਆ ਰਹੀ ਆ ਮਗਰ ਭੂਤ ਪਿਆ ਗਾ ਲੱਗਦਾ ਗਾਈਸ ਮੇਰੇ ਹੱਥੋਂ ਹੋਣਾ ਗਾਈਸ ਉਹ ਸਾਹਮਣੇ ਇੱਕ ਬੰਦਾ ਖੜਾ ਇਕੱਲਾ ਹੀ ਖੜਾ ਵਾ ਅਤੇ ਉਹ ਲੈਫਟ ਲੈਫਟ ਰਾਈਟ ਹੋ ਰਿਹਾ ਉਹਦਾ ਸਿਰ ਉਹ ਸੱਚੀ ਤਾਂ ਨਹੀਂ ਭੂਤ ਲੱਭ ਗਿਆ ਅੱਜ ਗਾਈਸ ਔਨ ਕੈਮਰਾ ਕੈਪਚਰ ਉਹ ਦੇਖੋ ਕਾਲਾ ਜਿਹਾ ਕੁਛ ਨਹੀਂ ਹੈਗਾ ਨਾ ਇੱਦਾਂ ਹੀ ਖੜਾ ਉਹ ਕਦੋਂ ਤਾਂ ਹਿੱਲੀ ਜਾਂਦਾ ਕਦੀ ਲੈਫਟ ਸਾਈਡ ਮੂੰਹ ਕਰਦਾ ਰਾਈਟ ਸਾਈਡ ਗਾਈਸ ਜੋ ਭੂਤ ਚ ਮੁੜੂਗਾ ਪਹਿਲਾਂ ਇਹਨੂੰ ਚਿਮੜੂਗਾ ਆਪਾਂ ਅੱਗੇ ਆਪਣੇ ਭੇਜਤਾ ਵੇਟ ਜੇ ਤਾਂ ਚਿਮੜੋ ਇਹਨੂੰ ਚਿਮੜੂਗਾ ਆਪਾਂ ਪਿੱਛੇ ਦੌੜ ਜਾਵਾਂਗੇ ਤਾਂ ਹੀ ਆਪਾਂ ਪਿੱਛੇ ਨੂੰ ਹੋ ਗਏ ਆ ਇੱਕ ਹੋਰ ਹੋ ਗਿਆ ਸਾਨੂੰ ਭੂਤ ਉਹ ਇਹ ਤਾਂ ਬੰਦੇ ਹੀ ਆ ਇਹ ਦੂਰ ਭੂਤ ਲੱਗਣ ਦੇ ਧੁੰਦ ਵਿੱਚ ਮਾਈ ਬੈਡ ਗਾਈਸ ਮਾਈ ਬੈਡ ਸੋਰੀ ਸੋਰੀ ਸੋ ਗਾਈਸ ਕੁਇਕ ਅਪਡੇਟ ਥੋੜ੍ਹਾ ਥੋੜ੍ਹਾ ਦਿਨ ਚੜ੍ਹ ਰਹੇ ਆ ਅਤੇ ਆਪਾਂ ਪਹੁੰਚ ਚੁੱਕੇ ਹਾਂ ਮਿਲਵਰਡ ਸਟੇਸ਼ਨ ਸੈਂਟਰ ਜਿੱਦਾਂ ਤੁਸੀਂ ਦੇਖ ਸਕਦੇ ਹੋ ਸਾਡੀ ਪਹਿਲੀ ਬੱਸ ਸਾਨੂੰ ਉੱਥੇ ਛੱਡ ਕੇ ਗਈ ਸੀ ਕਿਉਂਕਿ ਸਾਡੀ ਬੱਸ ਆ ਖੜੀ ਆ ਬਸ ਡਰਾਈਵਰ ਅੰਕਲ ਆ ਰਹੇ ਆ ਜਦੋਂ ਹੀ ਆ ਕੇ ਆਪਾਂ ਨਾਲ ਹੀ ਚੜ੍ਹ ਜਾਵਾਂਗੇ ਅਤੇ ਉਹ ਰਿਹਾ ਮੂਡ ਲੱਗ ਗਿਆ ਉਹਦਾ ਅਤੇ ਬਸ ਠੰਡ ਬਹੁਤ ਜ਼ਿਆਦਾ ਹੋ ਚੁੱਕੀ ਆ ਗਾਈਸ ਤਾਪਮਾਨ ਵੱਧ ਚੁੱਕਾ ਆ ਤਾਪਮਾਨ ਵੱਧ ਨਹੀਂ ਸੋਰੀ ਤਾਪਮਾਨ ਘੱਟ ਚੁੱਕਾ ਆ ਅਤੇ ਠੰਡ ਲੱਗ ਰਹੀ ਆ ਪਰ ਮੈਂ ਬਸ ਅੰਦਰ ਕਿਉਂ ਨਹੀਂ ਜਾ ਰਿਹਾ ਗਾਈਸ ਭਲਾ ਦੱਸੋ ਮੈਂ ਬਾਹਰ ਠੰਡ 'ਚ ਕਿਉਂ ਖੜਾ ਵਾ ਇਹਦੇ ਵਿੱਚ ਇੱਕ ਬਹੁਤ ਵੱਡਾ ਰੀਜ਼ਨ ਆ ਤੁਹਾਨੂੰ ਬਾਅਦ 'ਚ ਪਤਾ ਲੱਗੂਗਾ ਕਿਉਂ ਚੱਲੀ ਜਾਂਦੀ ਆ ਠੰਡ ਬੜੀ ਆ ਮੇਰਾ ਕਾਰਡ ਕਿੱਥੇ ਸਕੈਨ ਮਾਰ ਦੀਏ ਬਸ ਸੂਰਜ ਵੀ ਉਹ ਬਣਾਉਂਦਾ ਪਿੱਛੋਂ ਸਨਰਾਈਜ਼ ਇਨ ਕੈਨੇਡਾ ਅਤੇ ਬਸ ਹੁਣ ਸਾਡੀ ਰਹਿ ਗਈ ਆ 5-7 ਮਿੰਟ ਦੀ ਵੋਕ ਅਤੇ ਆਪਾਂ ਪਹੁੰਚ ਜਾਣਾ ਆਪਣੇ ਕੰਮ 'ਤੇ ਹੋਈ ਅਤੇ ਠੰਡ ਖਾਈ ਜਿੱਦਾਂ ਮੈਂ ਤੁਹਾਨੂੰ ਕਹਿ ਰਿਹਾ ਬਹੁਤ ਜ਼ਿਆਦਾ ਹੋ ਗਈ ਆ ਅਤੇ ਜਿਹੜੇ ਮਿੰਟ ਮਿੰਟਾਂ ਨੂੰ ਜਾਂ ਐਲਬਰਟ ਪੂਰੇ 'ਚ ਕਿਤੇ ਵੀ ਹੋ ਬਸ ਤਿਆਰੀਆਂ ਖਿੱਚ ਲਓ ਕੱਢ ਲਓ ਆਪਣੇ ਲਾਈਟਰ ਗੁਲਮਰ ਅਤੇ ਮੋਟੀ ਮੋਟੀ ਜੈਕਟ ਜਿਹੜੇ ਇੰਡੀਆ ਤੋਂ ਲਿਆਏ ਸੀ ਖਿੱਚ ਲਓ ਕੰਮ ਹੁਣ ਆ ਗਈ ਆ ਸਰਦੀਆਂ ਜਿੱਦਾਂ ਲੱਗਦਾ ਕੱਲ੍ਹ ਸਨੋ ਵੀ ਨਾ ਪੈ ਜਾਏ ਇੰਡੀ ਠੰਡ ਲੱਗ ਰਹੀ ਆ ਮੈਨੂੰ ਤਾਂ ਚਲੋ ਕੋਈ ਨਹੀਂ ਗਾਈਸ ਪਹੁੰਚਦੇ ਬਸ ਕੰਮ 'ਤੇ ਸਾਹਮਣੇ ਸਾਡਾ ਕੰਮ ਅਤੇ ਬਸ ਜਾ ਕੇ ਕੰਮ ਸਟਾਰਟ ਕਰੀਏ ਅਤੇ ਫਿਰ ਮਿਲਦੇ ਹਾਂ ਤੁਹਾਨੂੰ ਕੰਮ ਤੋਂ ਬਾਅਦ ਸੋ ਬਾਏ ਬਾਏ ਗਾਈਸ ਟੇਕ ਕੇਅਰ।